हाँ जी वाहेगुरु जी का खालसा वाहेगुरु जी की फतेह। सैक्टर 60 सैक्टर 69 कोविड केयर सेंटर जो कि संगत के सहयोग के नाल चल रहा है और तुसी वीडियो शेयर कर रहे हो लगातार ऑनलाइन सोशल मीडिया प्लेटफॉर्म से, क्या वो फेसबुक है, क्या इंस्टाग्राम है, क्या वो व्हाट्सएप है, तो पीछे देख रहे हो 26 कोविड के मरीज हैं, जाना लगातार बच रही हैं। हस्पतालों ने वेंटीलेटर तो पाया सीगा, साढ़े को पेशेंट ऑक्सीजन पर भी नहीं है। अंदर कुछ फीडबैक रूबरू कराने हैं तो थोड़ा असी मैं तो अंदर जान लगे हैं थोड़ा क्या फर्ज बनता है शेयर करना, शेयर तो करोगे क्यों, क्योंकि ये सारे मरीज थोड़े शेयर किए वीडियो देख के इतने पहुँचे ने तो लाभ उठा रहे हैं। और सारी सेवा निःशुल्क फ्री ऑफ कॉस्ट उस अकाल पुरख की संगत थोड़े सहयोग के नाल हो रहा है। संगत इतने सेवा कर रही है, तुसी ऑनलाइन सेवा कर रहे हो, ऑनलाइन सेवा बहुत जरूरी है, वीडियो शेयर करते भाई गुरु बहुत जरूरी ने, हाथ जोड़ के बेनती है शेयर कर दो। अंदर चलते हैं कोविड केयर सेंटर सैक्टर 69 जो कि अकाल पुरख की संगत चला रही है। चलते अंदर मरीजों का कुछ फीडबैक कर रहे हैं। इतने पॉजिटिव आए हो? हंसाली साहब, हंसाली वाले संतों के पिंडों हंसाली तो आए हैं। माता जी नाल आए हो? माता भी पॉजिटिव है, मुंडा भी पॉजिटिव है। कितने साल उम्र है? सोचा कि कभी कोविड पॉजिटिव हो जाओ? हूँ कि हले सिम्पटम सारे ठीक है ना। अच्छ देखिए सर क्या होया? वो मुंडा 3 दिन से हो गया, 3 दिन लग गया। आप हल्के से नहीं लेना, माता जी भी इतने परेशानी कोई क्योंकि ये जो देख रही है ना यही संगत सेवा चल रही, मेरा तो सर चेहरा चलता है ज्यादा। आपको कितने घंटे हो गए? पंद्रह के करीब हो गए, मैं दस नहीं पता चल रहा। 15 घंटे तो भैन सेवा सहयोग कर रही है लगातार, 22 साल दी है, इस तरह ग्राउंड टीम काम कर रही है ना, कट्ठे रल मिल के करना है, असी ग्राउंड से कर रहे हैं, तुसी ऑनलाइन सेवा कर रहे हो। असं लाइव चल रहे, साढ़े नाल गलबात करो, नजदीक रखो हाँ, कोई फीडबैक दसोगे सेवा कैसे चल रही है? ਇਹ ਤਰੀਕੇ ਦੀ ਤਕਲੀਫ ਸਫਾਈ ਦੇ ਵਿੱਚ ਕਮੀ ਕੋਈ, ਖਾਣੇ ਪੀਣੇ ਦੇ ਵਿੱਚ ਨਹੀਂ ਕੋਈ ਕਮੀ ਨਹੀਂ, ਸਫਾਈ ਵੀ ਦੋ ਦੋ ਘੰਟੇ ਟਾਈਮ ਹੋ ਰਹੀ ਹੈ, ਰੋਟੀ ਵੀ ਪ੍ਰੋਪਰ ਮਿਲ ਰਹੀ ਹੈ, ਸਭ ਕੁਝ ਮਿਲ ਰਿਹਾ ਹੈ। ਬਹੁਤ ਬਹੁਤ ਸ਼ੁਕਰੀਆ। ਪਰੇਸ਼ਾਨੀ ਕੋਈ ਨਹੀਂ? ਕੋਈ ਵੀ ਪਰੇਸ਼ਾਨੀ ਕੋਈ ਪਰੇਸ਼ਾਨੀ। ਥੈਂਕ ਯੂ ਭੈਣ ਜੀ, ਥੈਂਕ ਯੂ ਸੋ ਮਚ। ਸੰਗਤ ਜੀ ਇਹ ਤੁਹਾਡਾ ਸਾਥ ਹੈ ਜੋ ਸੇਵਾ ਸਹਿਯੋਗ ਸਾਰੀ ਕਰ ਰਹੇ ਹੋ, ਅਗਰ ਕਿੱਥੋਂ ਹੋ ਜੀ ਉਧਰੋਂ ਆਇਓ संगत है जी, कट्ठे रल मिल के कर पा रहे हैं, है ना, सानू तां कोई परेशानी नहीं है, मतलब इन्नी सहूलत दी गल, असीं कहिंदे घर भी सानू कोई इन्नी केयर नहीं कर सकदा जिन्नी सानू इत्थे हो रही है। बहुत बहुत शुक्राना जी तुहाडा, बहुत थोड़ी बेटी भी है? हाँ जी।
ਇਹਨਾਂ ਦੀ ਬੇਟੀ ਵੀ ਪੋਜ਼ਿਟਿਵ ਹੈ ਜੋ ਕਿ ਕਈ ਦਿਨ ਰੋਂਦੇ ਵੀ ਰਹੇ। ਠੀਕ ਆ ਹੁਣ? ਹਾਂ ਹੁਣ ਤਾਂ ਨਹੀਂ ਰੋਣਾ ਆਉਂਦਾ, ਕੋਈ ਪਰੇਸ਼ਾਨੀ? ਤੁਹਾਡੇ ਮੰਮੀ ਦੇਖੋ ਕਿੰਨੀ ਚੜ੍ਹਦੀ ਕਲਾ ਅਤੇ ਕਿੰਨੇ ਪੋਜ਼ਿਟਿਵ ਇਨਸਾਨ ਨੇ। ਹਾਂ ਈਵਨ ਤੁਹਾਡੇ ਦਾਦੀ ਜੀ ਹੈ ਉਹ ਵੀ ਬੜੇ ਪੋਜ਼ਿਟਿਵ ਹੈ। ਤੁਸੀਂ ਇੰਨੇ ਢਹਿੰਦੀ ਗੱਲਾਂ 'ਚ ਕਿਉਂ ਰਹਿੰਦੇ ਹੋ? ਹੈਂ ਕਹਿੰਦੀ ਹੁਣ ਰੋਂਦੇ? ਪੱਕੀ ਗੱਲ ਰੋਂਦੇ? ਪਹਿਲੇ ਦੋ ਦਿਨ ਸ਼ੌਕ ਹੋ ਗਏ ਸੀ, ਮੈਂ ਪੋਜ਼ਿਟਿਵ ਕਿਵੇਂ ਹੋ ਗਈ? ਹਾਂ ਤੁਹਾਡੇ ਮਦਰ ਪੋਜ਼ਿਟਿਵ ਨੇ, ਤੁਹਾਡੇ ਦਾਦੀ ਇੰਨੇ ਪੋਜ਼ਿਟਿਵ ਨੇ, ਨੋਟ ਜਸਟ ਕੋਵਿਡ ਮੈਂ ਮੈਂਟੈਲਿਟੀ ਦੱਸ ਰਿਹਾ। ਚੜ੍ਹਦੀ ਕਲਾ 'ਚ ਰਿਹਾ ਕਰੋ, ਠੀਕ ਹੈ? ਉਹ ਸੰਗਤ ਜੀ ਇਸ ਤਰੀਕੇ ਨਾਲ ਸੇਵਾ ਸਹਿਯੋਗ ਚੱਲ ਰਿਹਾ, ਇਕੱਠੇ ਹੋ ਕੇ ਚੱਲ ਰਿਹਾ। ਮਾਤਾ ਜੀ ਮੈਂ ਪੋਜ਼ਿਟਿਵ ਆ ਗਏ, ਕੋਈ ਅਫਸੋਸ ਨਹੀਂ? ਕੋਈ ਅਫਸੋਸ ਕੁਛ ਨਹੀਂ ਹੈ, ਆਪ ਲੋਕੋਂ ਕਾ ਬਹੁਤ ਅੱਛਾ ਹੈ। ਤੁਹਾਡੇ ਨਾਲ ਦੇ ਬੈਠ ਦੇ ਕਿੰਨੇ ਪੋਜ਼ਿਟਿਵ ਨੇ? ਕੁਛ ਨਹੀਂ ਹੈ ਜੀ, ਥੋੜ੍ਹੇ ਜਿਹੇ ਜਦ ਆਪਾਂ ਕੋਵਿਡ ਤੋਂ ਬਾਹਰ ਨਿਕਲਦੇ ਨਾ, ਪੋਸਟ ਕੋਵਿਡ ਸਾਡੇ ਜੋ ਕੋਵਿਡ ਮੋਲੀਕੁਲਸ ਹੈ ਉਹ ਮਰੇ ਹੋਏ ਅੰਦਰ ਹੀ ਹੁੰਦੇ ਨੇ। ਕੁਛ ਦਿਨਾਂ ਬਾਅਦ ਤੁਸੀਂ ਹੈਗੇ ਨੈਗੇਟਿਵ ਹੋ ਉਹ, ਲੇਕਿਨ ਰਿਪੋਰਟ ਤੁਹਾਡੀ ਪੋਜ਼ਿਟਿਵ ਆਉਣੀ ਹੈ। ਕੁਛ ਦਿਨਾਂ ਬਾਅਦ ਨੈਗੇਟਿਵ ਆਏਗੀ, ਤਿੰਨ ਚਾਰ ਦਿਨ ਬਾਅਦ ਆਵਾਂਗੇ, ਡੈਫੀਨੇਟਲੀ ਤੁਸੀਂ ਨੈਗੇਟਿਵ ਹੋ। ਤੁਸੀਂ ਠੀਕ ਹੋ? ਮਾਤਾ ਜੀ ਵੀ ਪੋਜ਼ਿਟਿਵ ਹੈ, ਇਹਨਾਂ ਦੇ ਹਸਬੈਂਡ ਵੀ ਪੋਜ਼ਿਟਿਵ ਸੀਗੇ। ਹਾਂਜੀ ਆਇਆ ਸੀ, ਉਹ ਬਹੁਤ ਪਰੇਸ਼ਾਨ ਸੀ, ਬਹੁਤ ਕਮਜ਼ੋਰ ਸੀ, ਹੁਣ ਤਾਂ ਬਿਲਕੁਲ ਠੀਕ ਹੈ। ਉਹ ਕਰਾਵਾਂਗੇ, ਹਾਲੇ ਪੋਜ਼ਿਟਿਵ ਆਏਗਾ, ਕੁਛ ਦਿਨ ਹੋਰ ਰੁਕਣਾ ਪਏਗਾ। ਠੀਕ ਹੈ, ਸਭ ਠੀਕ ਹੈ, ਧੰਨਵਾਦ। ਸੰਗਤ ਜੀ ਇਸ ਤਰੀਕੇ ਨਾਲ ਸੇਵਾ ਚੱਲ ਰਹੀ ਹੈ, ਸਾਰਿਆਂ ਨਾਲ ਗੱਲ ਨਹੀਂ ਕਰਾਵਾਂਗੇ, ਬਹੁਤ ਲੰਬਾ ਚੱਲ ਜਾਏਗਾ। ਜੋਸ਼ੀ ਭਾਈ ਸਾਹਿਬ ਕੀ ਹਾਲ ਚਾਲ ਨੇ? ਅਸੀਂ ਲਾਈਵ ਚੱਲ ਰਹੇ ਹਾਂ, ਸੰਗਤ ਕਹਿ ਰਹੀ ਸੀ ਜ਼ਰੂਰ ਜੁੜੀਏ, ਫੀਡਬੈਕ ਦੇਈਏ ਕੁਛ। ਕਿਰਪਾ ਮਹਾਰਾਜ ਤੁਹਾਡੀ, ਬੜਾ ਧੰਨਵਾਦੀ ਹਾਂ ਮੈਂ ਤੁਹਾਡਾ, ਵੀ ਮੈਂ ਇੱਥੇ ਆਇਆ ਤਾਂ ਮੈਂ ਸ਼ਾਇਦ ਬਚ ਵੀ ਗਈ। ਤੁਸੀਂ ਮੈਨੂੰ ਦੱਸ ਰਹੇ ਸੀ ਕਿ ਸੁਸਾਈਡਲ ਥੋਟ, ਸੁਸਾਈਡ ਕਰਨ ਤੱਕ ਬਹੁਤ ਮੈਂ ਮਤਲਬ ਖੋ ਚੁੱਕਿਆ ਤਾਂ ਉਮੀਦ, ਇੱਕ ਵਾਰੀ ਤਾਂ ਐਂ ਲੱਗਦਾ ਸੀਗਾ ਮੈਨੂੰ ਵੀ ਮੇਰੀ ਲਾਈਫ ਹੁਣ ਖਤਮ ਹੋ ਗਈ ਸੀ, ਮੈਂ ਆਪਣੇ ਆਪ ਨੂੰ ਮਰਾ ਲੈਣਾ ਚਾਹੁੰਦਾ। ਪਰ ਅਗਰ ਮੈਂ ਇੱਥੇ ਆਇਆ, ਮੇਰਾ ਇਨਵਾਇਰਮੈਂਟ ਚੇਂਜ ਹੋਇਆ, ਮਾਹੌਲ ਚੇਂਜ ਹੋਇਆ, ਸਭ ਕੁਝ ਦੇਖ ਕੇ ਅੱਛਾ ਹੋਇਆ, ਬਾਕੀ ਤੁਹਾਡੇ ਕਹਿੰਦੇ ਜੇ ਸੇਵਾ 'ਚ ਕੋਈ ਕਮੀ ਨਹੀਂ ਉਹ ਚੀਜ਼ ਕਰਕੇ ਤਾਂ ਸਫਾਈ 'ਚ ਪੈਸਾ, ਮੈਂ ਕਹਿੰਦਾ ਕਿਸੇ ਵੀ ਚੀਜ਼ ਦੇ ਕਿਉਂਕਿ ਵਟਸਐਪ 'ਤੇ ਨਾ ਬਹੁਤ ਵੀਡੀਓਜ਼ ਦੇਖ ਰਹੇ ਹਾਂ ਹਸਪਤਾਲਾਂ ਦੇ ਬੁਰੇ ਤੋਂ ਬੁਰੇ ਵੀਡੀਓ, ਇੱਕ ਨੰਬਰ ਹੈ ਮੈਡੀਸਨ 'ਚ, ਇੱਕ ਨੰਬਰ ਹੈ ਬੱਚੇ ਇੰਨੇ ਵਧੀਆ ਇੱਥੇ ਜਿਹੜੇ ਜਿੰਨੇ ਵੀ ਭਾਈ ਸਾਹਿਬ ਜਿਹੜੇ ਵੀਡੀਓ ਬਣਾ ਰਹੇ ਇਹ ਵੀ ਬਹੁਤ ਨਾਈਸ ਲੱਗਦਾ, ਅਤੇ ਜਿੰਨੇ ਵੀ ਸਾਡਾ ਸਟਾਫ ਹੈ ਬਹੁਤ ਮੈਂ ਧੰਨਵਾਦੀ ਉਹਨਾਂ ਦਾ, ਵੀ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕਰਦੇ ਹੈ, ਪੂਰੀ ਮਤਲਬ ਸੁਣਦੇ ਹਾਂ ਗੱਲਬਾਤ ਅਗਲੇ ਯਾਰ, ਪੂਰਾ ਉਹਦਾ ਕਸ਼ਟ ਦਾ ਨਿਵਾਰਨ ਕਰਦੇ, ਇਹ ਨਹੀਂ ਵੀ ਸੁਣ ਕੇ ਚਲੇ ਜਾਂਦੇ ਹਾਂ, ਜਿਹੜੀ ਚੀਜ਼ ਕਹਿਤੀ ਉਹ ਬਸ ਹਾਜ਼ਰ। ਖਾਣ ਪੀਣ 'ਚ ਕੋਈ ਖਾਣ ਪੀਣ 'ਚ ਕਮੀ? ਮਹਾਰਾਜ ਰਾਜੀ ਰੱਖੀ, ਸੰਗਤ ਕਰ ਰਹੀ ਹੈ ਜੀ, ਸਾਰੀ ਸੰਗਤ ਕਰ ਰਹੀ ਹੈ, ਮੈਂ ਸਰਕਾਰੀ ਹਸਪਤਾਲ 'ਚ ਗਿਆ ਸੀਗਾ, ਸਰਕਾਰੀ ਹਸਪਤਾਲ 'ਚ ਗਿਆ, ਟੈਸਟ ਕਰਿਆ, ਟੈਸਟ ਕਰਨ ਦੇ ਬਾਅਦ ਮੈਸੇਜ ਆ ਗਿਆ ਫੋਨ 'ਤੇ, ਦੁਬਾਰੇ ਉਹ ਖੁਦ ਕਾਲ ਕਰਕੇ ਕਿ ਡਰਾਈ ਜਾਂਦੇ ਬੰਦੇ ਨੂੰ ਵੀ ਜੀ ਤੁਸੀਂ ਬਾਹਰ ਨਹੀਂ ਨਿਕਲਣਾ ਜੀ, ਨਹੀਂ ਤੁਹਾਨੂੰ ਇਹ ਹੋ ਜਾਊਗਾ, ਨਹੀਂ ਤੁਹਾਨੂੰ ਉਹ ਹੋ ਜਾਊਗਾ। ਅੱਛਾ ਟ੍ਰੀਟਮੈਂਟ ਦੇ ਨਾਮ ਪਰ ਕੁਛ ਹੈ ਨਹੀਂ ਦੇਣ ਉਹਨਾਂ ਕੋਲ, ਟੈਸਟ ਕਰਤਾ ਬਸ ਪੋਜ਼ਿਟਿਵ ਕਰਕੇ ਤੋੜਤਾ, ਅਗਲੇ ਨੂੰ ਦਿਮਾਗ 'ਚ ਨੈਗੇਟਿਵਿਟੀ ਪਾ ਤੀ, ਕਹਾਣੀ ਖਤਮ ਹੈ ਬੰਦਾ। ਸੰਗਤ ਜੀ ਇੱਕ ਸਭ ਤੋਂ ਬੜਾ ਜੋ ਬੇਸਿਕ ਡਿਫਰੈਂਸ ਹੈ ਨਾ, ਤੁਸੀਂ ਜਦੋਂ ਹੋਸਪਿਟਲ 'ਚ ਜਾਂਦੇ ਤੁਹਾਨੂੰ ਡਰਾ ਦਿੱਤਾ ਜਾਂਦਾ, ਡਰ ਕੇ ਧੰਦਾ ਚੱਲਦਾ ਨਾ, ਤੁਹਾਨੂੰ ਪਹਿਲਾਂ ਡਰਾਇਆ ਜਾਏਗਾ ਤਾਂ ਤੁਸੀਂ ਜੇਬ 'ਚੋਂ ਪੈਸੇ ਕੱਢੋਗੇ। ਜਿਹਦੇ ਕੋਲ ਵੀ ਡਰਦੀ ਹੈ, ਸਾਡੇ ਲੈਵਲ ਤੋਂ ਹੈ ਨਹੀਂ, ਹੁਣ ਨੌਕਰੀ ਨਹੀਂ ਹੈਗੀ, ਦੋ ਮਹੀਨੇ ਹੋ ਚੱਲੇ, ਲੋਕਡਾਊਨ ਨੇ ਨੋਟਬੰਦੀ ਨੇ ਕਮਰਾ ਤੋੜ ਕੇ ਰੱਖਦੀਆਂ ਆਮ ਇਨਸਾਨ ਦੀ ਨਾ, ਤੁਹਾਡੇ ਨਾਲ ਲਗਾਤਾਰ ਸਾਰੀ ਸੇਵਾਵਾਂ 'ਚ ਵਾਰ ਵਾਰ ਸ਼ੇਅਰ ਕਰਦੇ ਹਾਂ, ਪਲੀਜ਼ ਗੱਲ ਨੂੰ ਸਮਝੋ, ਬਹੁਤ ਮੁਸ਼ਕਿਲ ਹਾਲਾਤ ਹੈ, ਕੋਵਿਡ ਨੂੰ ਲਾਈਟਲੀ ਨਾ ਲਓ, ਸਵੇਰੇ ਤੁਸੀਂ ਦੇਖਿਆ ਕਿਆ ਹੋਇਆ, ਬਿਲਕੁਲ ਜੀ, ਤਿੰਨ ਦਿਨ 'ਚ ਮੁੰਡੇ ਨਾਲ ਜਵਾਨ ਹੁੰਦਾ, ਮਾਤਾ ਆਈ ਸੀਗੀ ਇੱਕ, ਦੇਖਦੇ ਦੇਖਦੇ ਦੋ ਦਿਨ ਦੇ ਵਿੱਚ ਵਿੱਚੇ ਬਚੀ ਕਿ ਨਹੀਂ ਬਚੀ, ਉਹ ਵੀ ਮਾਤਾ ਵੀ ਬੰਦਾ ਸਰਕਾਰੀ ਹਸਪਤਾਲ ਨਹੀਂ ਜਾ ਪਾ ਰਿਹਾ, ਭਰੋਸਾ ਨਹੀਂ ਹੈਗਾ, ਪ੍ਰਾਈਵੇਟ ਤੇ ਜਾ ਕੇ ਛਿੱਲਾ ਦਿੰਦੇ ਆ 25-30 ਹਜ਼ਾਰ, ਇੱਕ ਰੁਪਈਆ ਨੀ ਮਹਾਰਾਜ ਲੱਗਿਆ, ਮੈਂ ਬਹੁਤ ਧੰਨਵਾਦ ਤੁਹਾਡੀ ਸੰਸਥਾ ਦਾ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ, ਤੇ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਕਰਕੇ ਇਹ ਨਹੀਂ ਕਿਹਾ, ਦੁਨੀਆਂ 'ਚ ਸ਼ਾਇਦ ਚੱਲ ਰਹੀਆਂ ਜਿਹਨੂੰ ਇਨਸਾਨੀਅਤ ਕਹਿੰਦੇ, ਸ਼ਾਇਦ ਤੁਸੀਂ ਹਿਊਮਨਿਟੀ ਦੇ ਨਾਮ ਪਰ ਜਿਉਂਦਾ ਰੱਖਿਆ ਹੋਇਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਆਮ ਲੋਕ ਹੈ,
ਦੋਸਤ ਮਿੱਤਰ ਹੈ, ਸੇਮ ਸੋਚ ਵਾਲੇ ਇਨਸਾਨ ਹੈ ਜੋ ਕਿ ਸੋਸਾਇਟੀ ਦੇ ਵਿੱਚ ਕਰ ਰਿਹਾ। ਤੁਸੀਂ ਟੈਸਟ ਮੇਰਾ ਫ੍ਰੀ ਆਫ ਕੋਸਟ ਕਰਵਾ ਕੇ ਦਿੱਤਾ, ਮੈਂ ਸੋਚਿਆ ਵੀ ਨਹੀਂ ਟੈਸਟ ਮੈਂ ਕਰਵਾ ਵੀ ਸਕਦਾ। ਸੰਗਤ ਸਭ ਕੁਛ ਕਰ ਸਕਦੀ ਹੈ, ਬਿਲਕੁਲ ਸੰਗਤ ਬੜੀ ਪ੍ਰਬਲ ਹੈ, ਸੰਗਤ ਵੀ ਤੁਹਾਡੇ ਨਾਲ ਹੈ। ਸੋ ਇਸ ਤਰੀਕੇ ਨਾਲ ਇਹ ਸਾਰੀ ਸੇਵਾਵਾਂ ਚੱਲ ਰਹੀਆਂ ਨੇ ਸਰਕਾਰੀ, ਇਸ ਬੰਦਾ ਸਰਕਾਰ 'ਤੇ ਨਹੀਂ ਭਰੋਸਾ ਕਰ ਰਿਹਾ, ਬੰਦਾ ਪ੍ਰਾਈਵੇਟ ਹਸਪਤਾਲਾਂ 'ਤੇ ਨਹੀਂ ਭਰੋਸਾ ਕਰ ਰਿਹਾ, ਭਰੋਸਾ ਕਿਸ 'ਤੇ ਕਰ ਰਿਹਾ? ਸੰਗਤ 'ਤੇ ਕਰ ਰਿਹਾ, ਉਸ ਅਕਾਲ ਪੁਰਖ ਦੀ ਗੁਰੂ ਰੂਪੀ ਸੰਗਤ 'ਤੇ ਭਰੋਸਾ ਕਰ ਰਿਹਾ। ਤੁਹਾਨੂੰ ਮਿਲਾਉਂਦਾ ਇੱਕ IVY ਦੀ ਨਰਸ ਦੇ ਨਾਲ, ਜਦੋਂ ਆਪਣੇ ਹੀ ਹੋਸਪਿਟਲ 'ਚ ਪੋਜ਼ਿਟਿਵ ਹੋ ਕੇ ਗਏ ਨਾ, ਉਹਨਾਂ ਨੂੰ ਕਹਿੰਦੇ ਪਹਿਲਾਂ 1.5 ਲੱਖ ਰੁਪਏ ਜਮ੍ਹਾਂ ਕਰਾਓ, ਫਿਰ ਇਲਾਜ ਕਰਾਂਗੇ। ਆਮ ਇਨਸਾਨ ਸਿੰਗਲ ਮਦਰ ਕਿਵੇਂ ਆਪਣੇ ਬੱਚੇ ਨੂੰ ਪਾਲੇ ਕਿ ਕਿਵੇਂ ਉਹ 1.5 ਲੱਖ ਰੁਪਏ ਜਮ੍ਹਾਂ ਕਰਾਵੇ ਨਾ? ਕੋਈ ਪਰੇਸ਼ਾਨੀ IV ਵਾਲੇ ਹਿੱਸਾ ਕਰਨ? ਨਹੀਂ, ਮੈਂ ਜੋਬ ਐਸਬੀ ਛੱਡ ਦੇਣੀ ਹੈ। ਕਿੱਥੇ ਜੋਬ ਕਰ ਰਹੇ ਸੀ? ਮੈਂ IVY ਵਿੱਚ। ਬੜਾ ਹੀ ਪੌਸ਼ ਹੋਸਪਿਟਲ ਹੈ, ਹੈ ਨਾ? ਕਿਵੇਂ ਰਹੇ ਜੇ ਪੋਜ਼ਿਟਿਵ ਹੋਏ? ਪੋਜ਼ਿਟਿਵ ਹੋਏ ਭਾਅ ਜੀ, ਉਹਨਾਂ ਨੇ ਬੈੱਡ ਨਹੀਂ, ਮੈਨੂੰ ਰਾਤ ਦੇ 2 ਵਜੇ ਮੈਂ ਕਾਲ ਕੀਤੀ ਮੈਨੇਜਰ ਨੂੰ ਕਿ ਮੈਨੂੰ ਬੈੱਡ ਚਾਹੀਦਾ, ਮੇਰੀ ਸੈਚੂਰੇਸ਼ਨ ਘੱਟ ਰਹੀ ਹੈ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ 1.5 ਲੱਖ ਜਮ੍ਹਾਂ ਕਰਾ ਦਿਓ ਤਾਂ ਅਸੀਂ ਤੁਹਾਨੂੰ ਬੈੱਡ ਦਊਂਗੇ। ਤੁਸੀਂ ਉਹਨਾਂ ਦਾ ਸਟਾਫ ਹੋ? ਹਾਂਜੀ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਸਵੇਰੇ ਕਰਵਾ ਦੂੰਗੀ ਕਿ ਹੁਣ ਮੈਨੂੰ ਬੈੱਡ ਦੇ ਦਿਓ, ਉਹਨਾਂ ਨੇ ਨਹੀਂ ਮੈਨੂੰ ਬੈੱਡ ਦਿੱਤਾ। ਮੈਂ ਰਾਤ ਦੇ 2 ਵਜੇ ਕੋਵਿਡ ਕੇਅਰ ਸੈਂਟਰ ਸੈਕਟਰ 69 ਮੋਹਾਲੀ ਕਾਲ ਕੀਤੀ, ਇਹਨਾਂ ਨੇ ਮੈਨੂੰ ਇੱਕ ਵਾਰੀ ਨਹੀਂ ਕਿਹਾ ਕਿ ਸਾਡੇ ਕੋਲ ਬੈੱਡ ਹੈ ਨਹੀਂ, ਅਸੀਂ ਤੁਹਾਨੂੰ ਨਹੀਂ ਐਡਮਿਟ ਕਰਾਂਗੇ। ਇਹਨਾਂ ਨੇ ਮੈਨੂੰ ਬਹੁਤ ਵਧੀਆ ਡੀਲ ਕੀਤਾ, ਮੈਨੂੰ ਐਡਮਿਟ ਕੀਤਾ, ਮੇਰੀ ਬਹੁਤ ਵਧੀਆ ਕੇਅਰ ਕਰ ਰਹੇ, ਮੈਨੂੰ ਕਿਸੇ ਚੀਜ਼ ਦੀ ਇੱਥੇ ਕੋਈ ਤੰਗੀ ਨਹੀਂ ਹੈ। ਬਟ ਹਾਂ, ਇੱਕ ਕਰੋਨਾ ਹੋਣ ਦਾ ਮੈਨੂੰ ਇਹ ਜ਼ਰੂਰ ਮੇਰੇ ਨਾਲ ਹੋਇਆ ਕਿ ਮੈਨੂੰ ਪਤਾ ਲੱਗ ਗਿਆ ਕਿ ਕਿਹੜਾ ਤੁਹਾਡੇ ਨਾਲ ਖੜ੍ਹਾ ਅਤੇ ਕਿਹੜਾ ਤੁਹਾਡੇ ਅਗੇਂਸਟ ਆ। ਜਿੱਥੇ ਮੈਂ ਜੋਬ ਕੀਤੀ ਆ, 24 ਆਵਰਸ ਡਿਊਟੀ ਕੀਤੀ ਆ, ਉਹਨਾਂ ਨੇ ਵੀ ਮੇਰਾ ਸਾਥ ਨਹੀਂ ਦਿੱਤਾ, ਈਵਨ ਦੋ ਉਹਨਾਂ ਨੇ ਮੈਨੂੰ ਪੁੱਛਿਆ ਤੱਕ ਨਹੀਂ, ਮੇਰਾ ਹਾਲ ਤੱਕ ਨਹੀਂ ਪੁੱਛਿਆ। ਤੁਸੀਂ ਦੱਸ ਰਹੇ ਸੀ ਰਾਤ ਨੂੰ 10-10 ਵਜੇ ਤੁਹਾਨੂੰ ਡਿਊਟੀ 'ਤੇ ਬੁਲਾ ਲੈਂਦੇ ਸੀ? ਹਾਂਜੀ। ਔਰ ਫਿਰ ਤੁਸੀਂ ਡਬਲ ਸ਼ਿਫਟਾਂ ਤੱਕ ਕਰਦੇ ਨੇ, ਤਾਂ ਵੀ ਉਹਨਾਂ ਨੇ ਸਾਥ ਨਹੀਂ ਦਿੱਤਾ? ਨਹੀਂ, ਉਹਨਾਂ ਨੇ ਮੈਨੂੰ ਪੁੱਛਿਆ ਤੱਕ ਨਹੀਂ, ਫੋਨ ਕਰਕੇ ਨਹੀਂ ਕਿਸੇ ਨੇ ਹੋਸਪਿਟਲ ਤੋਂ ਪੁੱਛਿਆ, ਸਿਵਾਏ ਕਿ ਡਾਕਟਰ ਪ੍ਰਗਟ ਦੇ ਕਿ ਹਾਂ ਤੇਰਾ ਹਾਲ ਠੀਕ ਹੈ, ਤੈਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੈ ਜਾਂ ਨਹੀਂ ਹੈਗੀ। ਤਾਂ ਮੈਂ ਉੱਥੇ ਉਮੀਦ 'ਤੇ ਕੋਈ ਵੀ ਐਕਸ਼ਨ ਲੈਣ, ਮੈਂ ਉਸ ਹੋਸਪਿਟਲ 'ਚ ਦੁਬਾਰਾ ਜੋਬ ਨਹੀਂ ਕਰਦੀ। ਕਹਿੰਦੀ ਇਹ IVY ਦਾ ਨਹੀਂ, ਸਾਰੇ ਹੋਸਪਿਟਲ ਦਾ ਹੀ ਹਾਲ ਹੈ। ਨਹੀਂ ਭਾਅ ਜੀ, ਤੁਸੀਂ ਖੁਦ ਉੱਥੋਂ ਦੇ ਸਟਾਫ ਨਾਲ ਤੁਸੀਂ ਐਂ ਕਰ ਰਹੇ ਹੋ ਤਾਂ ਤੁਸੀਂ ਆਮ ਬੰਦੇ ਨੂੰ ਕਿੱਥੋਂ ਬਚਾ ਲਉਂਗੇ? ਮੇਰੇ ਤਾਈ ਜੀ ਦਿੱਲੀ ਤੋਂ ਐਡਮਿਟ ਹੋਏ, ਮੇਰੇ ਕਹਿਣ 'ਤੇ ਉਹ ਦਿੱਲੀ ਤੋਂ ਆਪਣਾ ਪੇਸ਼ੈਂਟ IVY 'ਚ ਲੈ ਕੇ ਆਏ। ਸਵੇਰੇ ਪੇਸ਼ੈਂਟ ਠੀਕ ਹੈ, 2 ਘੰਟੇ ਬਾਅਦ ਪੇਸ਼ੈਂਟ ਨੂੰ ਕਾਰਡੀਅਕ ਅਰੈਸਟ ਹੋ ਜਾਂਦਾ ਔਰ ਉਹ 10 ਲੱਖ ਰੁਪਏ ਲਾ ਕੇ ਉੱਥੋਂ ਡੈੱਡ ਬੋਡੀ ਲੈ ਕੇ ਨਿਕਲਦੇ ਆ। ਸਵੇਰੇ ਐਡਮਿਟ ਹੋਏ, 10 ਦਿਨ ਐਡਮਿਟ ਰਹੇ ਉੱਥੇ। ਸਵੇਰੇ ਮੈਂ ਉਹਨਾਂ ਦਾ ਹਾਲ ਪੁੱਛਿਆ, ਬਿਲਕੁਲ ਠੀਕ ਸੀ ਉਹ। ਥੋੜ੍ਹੀ ਦੇਰ ਬਾਅਦ 2 ਘੰਟੇ ਬਾਅਦ ਮੈਨੂੰ ਡਾਕਟਰ ਨੇ ਕਾਲ ਕੀਤੀ ਆ ਕਿ ਤੁਹਾਡੇ ਪੇਸ਼ੈਂਟ ਨੂੰ ਕਾਰਡੀਅਕ ਅਰੈਸਟ ਹੋ ਗਿਆ, ਕਿ ਪੇਸ਼ੈਂਟ ਡੈੱਡ ਆ, ਔਰ ਉੱਥੋਂ 10 ਲੱਖ ਰੁਪਏ ਲਾ ਕੇ ਨਿਕਲੇ। ਤਾਂ ਉਹਨਾਂ ਨੂੰ ਵੀ ਕੁਛ ਨਹੀਂ ਮਿਲਿਆ, ਅਤੇ ਅਸੀਂ ਤਾਂ ਫਿਰ, ਮੈਂ ਤਾਂ ਖੁਦ ਸਿੰਗਲ ਮਦਰ ਹਾਂ, ਮੈਨੂੰ ਆਪਣਾ ਬੱਚੇ ਲਈ ਸਰਵਾਈਵ ਕਰਨਾ ਬਹੁਤ ਔਖਾ ਹੈ। ਮੈਂ ਉਹਨਾਂ ਨੂੰ ਨਹੀਂ 1.5 ਲੱਖ ਰੁਪਏ ਕਰ ਸਕਦੀ ਸੀ, ਔਰ ਮੈਨੂੰ ਤਾਂ ਐਂ ਵੀ ਅਗਰ ਮੈਂ ਇੱਥੇ ਨਾਲ ਦੀ ਕਿਸੇ ਵੀ ਹੋਸਪਿਟਲ 'ਚ ਚਲੇ ਜਾਂਦੀ ਪ੍ਰਾਈਵੇਟ 'ਚ, ਸ਼ਾਇਦ ਮੈਂ ਮਾਰ ਕੇ ਨਿਕਲ। ਜਿਹੜੀ ਸੰਗਤ ਦੇਖ ਰਹੀ ਹੈ ਤੁਹਾਨੂੰ, ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ ਸਰਕਾਰੀ ਹਸਪਤਾਲਾਂ ਤੋਂ, ਪ੍ਰਾਈਵੇਟ ਹਸਪਤਾਲਾਂ ਤੋਂ, ਉਹਨਾਂ ਨੂੰ ਕੁਛ ਕਹਿਣਾ ਚਾਹੋਗੇ? ਭਾਅ ਜੀ, ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਪਹਿਲੀ ਗੱਲ ਤਾਂ ਕੋਈ ਕੋਵਿਡ ਪੋਜ਼ਿਟਿਵ ਨਾ ਹੋਵੇ, ਹੈ ਨਾ, ਕਿ ਬਹੁਤ ਔਖਾ ਹੁੰਦਾ। ਜਿਹੜੇ ਪੇਸ਼ੈਂਟ ਹਾਂਜੀ ਜਿਹੜੇ ਪੇਸ਼ੈਂਟ ਕੋਵਿਡ ਪੋਜ਼ਿਟਿਵ ਹੋ ਰਹੇ ਆ, ਉਹਨਾਂ ਲਈ ਬਹੁਤ ਔਖਾ ਸਰਵਾਈਵ ਕਰਨਾ, ਹੈ ਨਾ, ਅਤੇ ਨਾ ਹੋਵੇ ਰੱਬ ਸਭ 'ਤੇ ਮਿਹਰ ਰੱਖੇ, ਬਟ ਪ੍ਰਾਈਵੇਟ ਹੋਸਪਿਟਲ 'ਚ ਨਾ ਜਾਓ, ਇਹ ਮੇਰੀ ਹੱਥ ਬੰਨ ਕੇ ਸਭ ਨੂੰ ਰਿਕੁਐਸਟ ਆ। ਮੈਨੂੰ ਨਹੀਂ ਲੱਗਦਾ, ਕਿੰਨਾ ਪੈਸਾ ਲੱਗ ਰਿਹਾ ਭਾਅ ਜੀ? ਮੈਨੂੰ ਫ੍ਰੀ ਆਫ ਕੋਸਟ ਹੈ, ਜੋ ਮੈਂ ਮੰਗਦੀ ਹਾਂ, ਜਿਹੜੀ ਚੀਜ਼ ਦੀ ਮੈਨੂੰ ਲੋੜ ਹੁੰਦੀ ਹੈ, ਬੇਝਿਜਕ ਮੈਨੂੰ ਪ੍ਰੋਵਾਈਡ ਕਰਦੇ ਆ। ਗੁਲਾਬ ਜਾਮੁਨ ਤਾਂ ਮਿਲੇ ਨਹੀਂ? ਉਹ ਤੁਸੀਂ ਨਹੀਂ ਦਿੱਤੇ। ਖੁਸ਼ ਰਹੋ ਭੈਣ ਜੀ, ਠੀਕ ਹੋ ਜਾਓ, ਡੱਬਾ ਖਿਲਾਵਾਂਗੇ। ਠੀਕ ਹੈ ਜੀ, ਖੁਸ਼ ਰਹੋ, ਉਹਨਾਂ ਸਾਈਕੋਲੋਜੀਕਲੀ ਡਾਊਨ ਨਹੀਂ ਹੋਣਾ ਆਪਾਂ। ਨਹੀਂ ਭਾਅ ਜੀ, ਮੈਂ ਬਹੁਤ ਸਟਰੋਂਗ ਹਾਂ। ਵੈਰੀ ਗੁੱਡ, ਵੈਰੀ ਗੁੱਡ। ਮੈਂ ਬਹੁਤ ਬਰੇਵ ਹਾਂ, ਮੈਨੂੰ ਪਤਾ। ਵੈਰੀ ਗੁੱਡ, ਵੈਰੀ ਗੁੱਡ। ਕਿ ਜਿਹਨੇ ਆਪਣੇ 4 ਦਿਨ ਦੇ ਬੱਚੇ ਨੂੰ ਛੱਡ ਕੇ ਸਿਜ਼ੇਰੀਅਨ ਦੇ ਵਿੱਚ ਡਿਊਟੀ ਕੀਤੀ ਆ, ਉਹ ਬੰਦਾ ਬਹੁਤ ਬਰੇਵ ਹੋ ਸਕਦਾ। ਆਫ ਕੋਰਸ ਦੇ ਨੇ, ਆਫ ਕੋਰਸ। ਠੀਕ ਹੈ, ਮੈਂ ਬੱਸ 'ਚ ਖਮਾਣੋ ਤੋਂ ਲੁਧਿਆਣੇ ਅਪ ਡਾਊਨ ਕੀਤਾ 4 ਦਿਨ ਦੇ ਸਿਜ਼ੇਰੀਅਨ ਤੋਂ ਬਾਅਦ। ਮੈਂ ਬਹੁਤ ਔਖਾ ਆਪਣਾ ਬੱਚਾ ਪਾ ਲਈ ਹਾਂ ਆਪਰੇਸ਼ਨ ਤੋਂ 4 ਦਿਨ ਬਾਅਦ। ਹਾਂਜੀ, ਮੇਰਾ DMC ਆਪਰੇਟ ਹੋਇਆ। ਸੋ ਸੰਗਤ ਜੀ, ਅੱਛੀ ਗੱਲ ਇਹ ਹੈ ਕਿ ਇੱਦਾਂ ਦੀ ਨੇਕ ਰੂਹਾਂ ਨੂੰ, ਇੱਦਾਂ ਦੀ ਭੈਣਾਂ ਨੂੰ ਮਿਲ ਕੇ ਵੀ ਅੱਛਾ ਲੱਗਦਾ ਹੈ। ਤੁਹਾਨੂੰ ਵਾਰ ਵਾਰ ਤਾਂ ਹੀ ਗੁਜ਼ਾਰਿਸ਼ ਕਰਦੇ ਹਾਂ, ਪਲੀਜ਼, ਪਿੱਛੇ ਬਹੁਤ ਸਾਰੇ ਮਰੀਜ਼ ਨੇ, ਬਹੁਤ ਸਾਰੇ ਫੀਡਬੈਕਸ ਨੇ। ਕੱਲ੍ਹ ਦੁਬਾਰਾ ਲਾਈਵ ਜੁੜਾਂਗੇ, ਕੱਲ੍ਹ ਤੁਹਾਡੇ ਨਾਲ ਦੁਬਾਰਾ ਰੂਬਰੂ ਹੋਵਾਂਗੇ, ਔਰ ਰੋਜ਼ ਜੁੜ ਐਕਚੁਲੀ ਨਾ ਈਵਨਿੰਗ 'ਤੇ ਰੋਜ਼ ਜੁੜਿਆ ਕਰਾਂਗੇ ਆਪਾਂ, ਐਵਰੀ ਈਵਨਿੰਗ, ਠੀਕ ਹੈ? ਕੁਛ ਪੇਸ਼ੈਂਟ ਨਾਲ ਗੱਲ ਕਰਾਂਗੇ, ਲਾਈਵ ਫੀਡਬੈਕ ਰੂਮ 'ਚ ਰਿਕਾਰਡ ਕਰਾਂਗੇ। ਅਸੀਂ ਆਪਣਾ ਰੋਲ ਗਰਾਊਂਡ 'ਤੇ ਨਿਭਾ ਰਹੇ ਹਾਂ ਸੰਗਤ ਜੀ, ਤੁਹਾਡਾ ਸਾਥ ਹੈ ਜੋ ਕਿ ਇਹ ਫ੍ਰੀ ਆਫ ਕੋਸਟ ਟ੍ਰੀਟਮੈਂਟ ਚੱਲ ਪਾ ਰਿਹਾ, ਕਿਉਂਕਿ ਪ੍ਰਾਈਵੇਟ ਦੇ ਵਿੱਚ ਕੋਵਿਡ ਦੇ ਨਾਮ 'ਤੇ ਜੋ ਡਰ ਦੀ ਗੇਮ ਖੇਡੀ ਜਾ ਰਹੀ ਹੈ ਨਾ, ਉਹ ਤੁਸੀਂ ਸਮਝ ਨਹੀਂ ਸਕਦੇ।
मीडिया के कुछ होर आ रही है जो फिगर्स है जो आंकड़े या होर तरह आ रहे हैं तो थोड़े तो बार बार ताही गुजारिश करते हैं पॉजिटिविटी नू स्प्रेड करो है ना। बुरे बुरे वीडियो तो आप बहुत शेयर करते हैं थोड़ा ऑनलाइन शेयर करना ऑनलाइन स्प्रेड करना बहुत जरूरी है। तो बेनती ने किसी भी वीडियो व्हाट्सएप से मिल रहा चाहे फेसबुक से मिल रहा चाहे इंस्टा से मिल रहा प्लीज़ शेयर करो। पहले से जुड़े हुए फेसबुक से करना जुड़े हुए फेसबुक से शेयर कर दो पॉजिटिविटी जरूर स्प्रेड शेयर करिए। तो संगत जी हाथ जोड़ के बेनती ने तो फतेह जी साहब वीडियो क्लोज कर रहे हैं जी। वाहेगुरू जी का खालसा वाहेगुरू जी की फतेह।